ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਬਲਵਿੰਦਰ ਕੌਰ ਤੁਹਾਡਾ ਸਭ ਦਾ ਸਵਾਗਤ ਕਰਨੀ ਆ ਆਪਣੇ YouTube ਚੈਨਲ ਬਲਵਿੰਦਰ ਕੀ ਰਸੋਈ ਵਿੱਚ। ਅੱਜ ਅਸੀਂ ਬਣਾਵਾਂਗੇ ਖੋਏ ਦੀ ਬਰਫੀ, ਜੋ ਕਿ ਬਣਾਉਣੀ ਬਹੁਤ ਹੀ ਆਸਾਨ ਹੈ। ਉਹਨੂੰ ਬਣਾਉਣ ਵਾਸਤੇ ਅਸੀਂ ਕੜਾਈ ਗੈਸ ਉੱਪਰ ਰੱਖ ਦਿੱਤੀ ਹੈ। ਖੋਇਆ ਬਣਾਉਣ ਵਾਸਤੇ ਅਸੀਂ ਲਿਆ ਹੈ ਆ 1.5 ਕਿਲੋ ਫੁੱਲ ਫੈਟ ਦੁੱਧ। ਸਭ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਕੜਾਈ ਨੂੰ ਗਿੱਲਿਆ ਕਰ ਲਾਂਗੇ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਖੋਇਆ ਹੈ ਉਹ ਥੱਲੇ ਨਹੀਂ ਲੱਗਦਾ, ਦੁੱਧ ਥੱਲੇ ਨਹੀਂ ਚਿਪਕਦਾ। ਜਦੋਂ ਵੀ ਤੁਸੀਂ ਖੋਇਆ ਬਣਾਉਣਾ ਹੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ, ਥੋੜ੍ਹਾ ਜਿਹਾ ਪਾਣੀ ਪਾ ਕੇ ਕੜਾਹੀ ਵਿੱਚ, ਉਸ ਤੋਂ ਬਾਅਦ ਤੁਸੀਂ ਦੁੱਧ ਪਾਓ। ਅਸੀਂ ਹੁਣ ਕੜਾਹੀ ਵਿੱਚ ਦੁੱਧ ਪਾ ਦਿੰਦੇ ਹਾਂ। ਅਸੀਂ ਇਹਦਾ ਹੁਣ ਗਰਮ ਹੋਣ ਤੱਕ ਇੰਤਜ਼ਾਰ ਕਰਾਂਗੇ ਅਤੇ ਵਿੱਚ ਵਿੱਚ ਅਸੀਂ ਇਹਨੂੰ ਹਿਲਾਉਂਦੇ ਰਵਾਂਗੇ ਤਾਂ ਜੋ ਦੁੱਧ ਥੱਲੇ ਨਾ ਲੱਗ ਜਾਏ। ਪਹਿਲਾਂ ਤਾਂ ਅਸੀਂ ਇਹਨੂੰ ਫੁੱਲ ਫਲੇਮ 'ਤੇ ਰੱਖਾਂਗੇ। ਜਦੋਂ ਜੋ ਇਹਦਾ ਉਬਾਲਾ ਆ ਗਿਆ ਦੁੱਧ ਦਾ, ਫਿਰ ਥੋੜ੍ਹੀ ਜਿਹੀ ਅਸੀਂ ਗੈਸ ਘੱਟ ਕਰ ਦਿਆਂਗੇ। ਦੁੱਧ ਨੂੰ ਉਬਾਲਾ ਆ ਗਿਆ ਤਾਂ ਅਸੀਂ ਇਹਨੂੰ ਹਿਲਾਉਂਦੇ ਰਵਾਂਗੇ ਅਤੇ ਇਹਦਾ ਤਾਂ ਚਾਸ਼, ਫਿਰ ਇਹ ਦੁੱਧ ਗਾੜਾ ਹੋ ਜਾਂਦਾ ਹੈ। ਅਸੀਂ ਇਹਨੂੰ ਵੀ ਉਤਾਰ ਉਤਾਰ ਕੇ ਦੁੱਧ ਦੇ ਵਿੱਚ ਮਿਕਸ ਕਰਦੇ ਰਵਾਂਗੇ। ਚਾਰਜ ਫਿਰ ਹਿਲਾ ਹਿਲਾ ਕੇ ਤੇ ਨਾਲ ਕੜਾਹੀ ਦੇ ਨਹੀਂ ਚਿਪਕਣ ਦਿਆਂਗੇ। ਦੁੱਧ ਸਾਡਾ ਗਾੜਾ ਹੋ ਗਿਆ ਹੈ ਤੇ ਅਸੀਂ ਚਾਰੋਂ ਤਰਫ ਤੋਂ ਉਤਾਰ ਉਤਾਰ ਕੇ ਵਿੱਚ ਪਾਉਂਦੇ ਰਵਾਂਗੇ। ਇੱਥੇ ਆਣ ਕੇ ਜ਼ਿਆਦਾ ਖੋਇਆ ਥੱਲੇ ਲੱਗਣ ਦਾ ਡਰ ਹੁੰਦਾ ਹੈ, ਇੱਥੇ ਅਸੀਂ ਇਹਨੂੰ ਵਾਰ ਵਾਰ ਹਿਲਾਉਂਦੇ ਰਵਾਂਗੇ। ਕੁਰਚਰੇ ਨੂੰ ਅਸੀਂ ਕੜਾਹੀ ਦੇ ਥੱਲੇ ਤੱਕ ਲੈ ਕੇ ਜਾਵਾਂਗੇ ਤਾਂ ਜੋ ਸਾਡਾ ਦੁੱਧ ਥੱਲੇ ਨਾ ਲੱਗ ਜਾਏ। ਜਦੋਂ ਖੋਇਆ ਪੂਰੀ ਤਰ੍ਹਾਂ ਬਣ ਜਾਏ, ਕਈ ਲੋਕ ਤਾਂ ਦੁੱਧ ਵਿੱਚ ਵੀ ਚੀਨੀ ਪਾ ਕੇ ਫਿਰ ਖੋਇਆ ਬਣਾਉਣਾ ਸ਼ੁਰੂ ਕਰਦੇ ਨੇ, ਪਰ ਮਿੱਠਾ ਉਸ ਟਾਈਮ ਹੀ ਪਾਉਣਾ ਚਾਹੀਦਾ ਜਿਸ ਟਾਈਮ ਖੋਇਆ ਬਣ ਜਾਏ। ਮਿੱਠਾ ਤੁਸੀਂ ਆਪਣੇ ਹਿਸਾਬ ਨਾਲ, ਜਿਸ ਤਰ੍ਹਾਂ ਕਿਲੋ ਦੁੱਧ ਦੇ, ਬਸ ਉਹਦੇ ਵਿੱਚ 100 ਕੁ ਗ੍ਰਾਮ ਚੀਨੀ ਪੈਂਦੀ ਹੈ। ਜੇ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੇ ਹਿਸਾਬ ਨਾਲ ਕੰਮ ਜ਼ਿਆਦਾ ਕਰ ਸਕਦੇ ਹੋ। ਅਸੀਂ ਇਹਦੇ ਹੁਣ ਚੀਨੀ ਪਾ ਦਿਆਂਗੇ। 200-250 ਗ੍ਰਾਮ ਖੋਏ ਦੇ ਵਿੱਚ 100 ਗ੍ਰਾਮ ਚੀਨੀ ਪੈ ਜਾਂਦੀ ਹੈ ਅਤੇ ਅਸੀਂ ਇਹਨੂੰ ਚੀਨੀ ਵਿੱਚ ਪਾ ਦਿਆਂਗੇ। ਅਸੀਂ ਇਹਨੂੰ ਗੈਸ ਬੰਦ ਕਰ ਦਿੰਦੇ ਹਾਂ, ਥੋੜ੍ਹੀ ਦੇਰ ਅਸੀਂ ਇਹਨਾਂ ਨੂੰ ਹਿਲਾਉਂਦੇ ਰਵਾਂਗੇ ਤਾਂ ਜੋ ਤਲੇ ਦੇ ਨਾਲ ਨਾ ਚਿਪਕ ਜੇ। ਥਾਲੀ ਨੂੰ ਅਸੀਂ ਘਿਓ ਨਾਲ ਵੀ ਗਰੀਸ ਕਰ ਲਿਆ ਹੈ, ਇਹਦੇ ਵਿੱਚ ਅਸੀਂ ਹੁਣ ਖੋਇਆ ਪਾ ਦਿੰਦੇ ਹਾਂ ਅਤੇ ਖੋਏ ਨੂੰ ਜਮਾ ਦਿਆਂਗੇ। ਖੋਏ ਨੂੰ ਅਸੀਂ ਇੱਕ ਥਾਲੀ ਵਿੱਚ ਸੈੱਟ ਕਰ ਦਿੱਤਾ ਹੈ, ਇਸ ਤਰ੍ਹਾਂ ਚਮਚ ਦੀ ਮਦਦ ਦੇ ਨਾਲ ਇਹਨੂੰ ਅਸੀਂ ਉੱਤੋਂ ਪਲੇਨ ਕਰ ਲਵਾਂਗੇ। ਥੋੜ੍ਹਾ ਜਿਹਾ ਠੰਡਾ ਹੋਏਗਾ ਤਾਂ ਫਿਰ ਅਸੀਂ ਇਹਦੇ ਪੀਸ ਕੱਟਣ ਦੇ ਕੱਟ ਲਾ ਲਾਂਗੇ। ਇਹਨੂੰ ਅਸੀਂ ਠੰਡਾ ਕਰਨ ਵਾਸਤੇ ਰੱਖ ਦਿੰਦੇ ਹਾਂ। ਖੋਏ ਦੀ ਬਰਫੀ ਸਾਡੀ ਪੂਰੀ ਤਰ੍ਹਾਂ ਜੰਮ ਗਈ ਹੈ
ਅਸੀਂ ਓਵਰਨਾਈਟ ਰੱਖੀ ਸੀ ਤੇ ਇਹਨੂੰ ਅਸੀਂ ਹੁਣ ਕੱਟ ਲੈਨੇ ਆ। ਪੀਸ ਤੁਸੀਂ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਦੇ ਚੌਰਸ ਚਾਹੇ ਤ੍ਰਿਕੋਣੇ ਬਣਾ ਸਕਦੇ ਹੋ। ਵੇਖੋ ਬਰਫੀ ਸਾਡੀ ਬਣ ਕੇ ਤਿਆਰ ਹੋ ਗਈ ਹੈ। ਵੇਖੋ ਕਿੰਨੇ ਸੋਹਣੇ ਪੀਸ ਬਣੇ ਨੇ। ਖੋਏ ਦੀ ਬਰਫੀ ਅਸੀਂ ਇੱਕ ਪਲੇਟ ਵਿੱਚ ਸਰਵ ਕਰ ਦਿੱਤੀ ਹੈ। ਵੇਖੋ ਕਿੰਨੀ ਸੋਹਣੀ ਬਣੀ ਹੈ। ਤੁਸੀਂ ਵੀ ਆਪਣੇ ਘਰ ਬਣਾ ਕੇ ਜ਼ਰੂਰ ਟਰਾਈ ਕਰਿਓ ਜੇ। ਜੇ ਤੁਹਾਨੂੰ ਸਾਡੀ ਅੱਜ ਦੀ ਖੋਏ ਦੀ ਬਰਫੀ ਦੀ ਰੈਸਪੀ ਚੰਗੀ ਲੱਗੀ ਹੋਈ ਪਲੀਜ਼ ਤੁਸੀਂ ਲਾਈਕ ਕਰਿਓ, ਸ਼ੇਅਰ ਕਰਿਓ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਘੰਟੀ ਦਾ ਬਟਨ ਤੁਸੀਂ ਜ਼ਰੂਰ ਦਬਾਇਓ ਤਾਂ ਜੋ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।